मोहे छंदा कांग्या मोहे छंदा कांग्या मोहे छंदा कांग्या मोहे छंदा तुझ सब कुछ मैनू जा तू
बख्शंदा जा हर बख्शंदा जा हर बख्शंदा जा हर बख्शंदा अनंत पिया नानक दे कर
साथ परम
ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਔਰ ਪਵਿੱਤਰ ਚਰਨਾ ਕਮਲਾਂ ਵਿਖੇ ਜੁੜ ਕੇ ਬੈਠੀ ਹੋਈ ਸਤਸੰਗ ਜੀਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਗੁਰਮੁਖ ਪਰਿਵਾਰ ਤੇ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਤਿੰਨ ਰੋਜ਼ਾ ਸਮਾਗਮ ਮਹਾਰਾਜ ਨੇ ਬਖਸ਼ਿਆ ਰਾਤ ਵੀ ਬੜੇ ਪ੍ਰੇਮ ਭਾਵਨਾ ਨਾਲ ਗੁਰਮੁਖ ਪਰਿਵਾਰ ਸੰਗਤਾਂ ਨੇ ਬੜੇ ਆਨੰਦ ਨਾਲ ਭਾਵੇਂ ਘਰਾਂ 'ਚ ਬਹਿ ਕੇ ਸੁਣਿਆ ਨੇੜੇ ਨੇੜੇ ਦੀਆਂ ਸੰਗਤਾਂ ਨੇ ਜਿੱਥੇ ਤੱਕ ਆਵਾਜ਼ ਜਾਂਦੀ ਹੈ ਬਹੁਤਿਆਂ ਨੂੰ ਪਤਾ ਨਹੀਂ ਸੀ ਰਾਜ ਰਾਤ ਸਪੀਕਰ ਰਾਹੀਂ ਉਹਨਾਂ ਨੂੰ ਪਤਾ ਲੱਗਿਆ ਵੀ ਦਾਸ ਸਨਗਰ 'ਚ ਹਾਜ਼ਰੀ ਭਰ ਰਿਹਾ ਦਿਨੇ ਫੋਨ ਵੀ ਆਏ ਵੀ ਅਸੀਂ ਅੱਜ ਜ਼ਰੂਰ ਹਾਜ਼ਰੀ ਭਰਾਂਗੇ ਜਿੱਥੇ ਮਰਜ਼ੀ ਕੋਈ ਬੈਠ ਕੇ ਸੁਣੇ ਪਰ ਸੁਣੇ ਗੁਰੂ ਸਾਹਿਬ ਨੂੰ ਭਾਵੇਂ ਉਹ ਸਰੀਰ ਕਰਕੇ ਨਹੀਂ ਆਇਆ ਪਰ ਉਹਦੀ ਫਿਰ ਵੀ ਹਾਜ਼ਰੀ ਲੱਗ ਜਾਣੀ ਹੈ ਜੇ ਮਨ ਇੱਥੇ ਹੈ ਨਹੀਂ ਬਹੁਤਾ ਸੰਗਤ ਵਿੱਚ ਐਵੇਂ ਹੁੰਦਾ ਵੀ ਆਪਾਂ ਸਰੀਰ ਕਰਕੇ ਬੈਠੇ ਹੁੰਦੇ ਹਾਂ ਮਨ ਕਿਤੇ ਹੋਰ ਹੁੰਦਾ ਹੈ ਜਦੋਂ ਸੰਗਤ ਵਿੱਚ ਬੈਠੀਏ ਮਨ ਚਿੱਤ ਇਕਾਗਰ ਕਰਕੇ ਗੁਰੂ ਸਾਹਿਬ ਵੀ ਕਿਰਪਾ ਕਰਦੇ ਨੇ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਇਕਾਗਰ ਚਿੱਤ ਹੋ ਕੇ ਭਾਵਨਾ ਨਾਲ ਸ਼ਰਧਾ ਦੇ ਨਾਲ ਪਰਿਵਾਰ ਕੱਲ੍ਹ ਰੋਜ਼ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਲੱਗਿਆ ਹੋਇਆ ਥੋੜ੍ਹਾ ਸਮਾਂ ਹਾਜ਼ਰੀ ਭਰਾਂਗੇ ਪ੍ਰੇਮ ਨਾਲ ਅੱਜ ਦਿਨੇ ਵੀ ਦੀਵਾਨ ਸੀ ਫਿਰੋਜ਼ਪੁਰ ਸ਼ਹਿਰ ਉੱਥੋਂ ਸਿੱਧੇ ਹੀ ਆਪ ਜੀ ਦੇ ਪਾਵਨ ਚਰਨਾਂ ਦੇ ਦਰਸ਼ਨ ਕਰ ਰਹੇ ਹਾਂ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਬਿਨਾਂ ਸੰਗਤ ਤੋਂ ਮਨ ਹੈ ਜਿਹੜਾ ਇਹ ਮੈਲ ਨਾਲ ਭਰ ਜਾਂਦਾ ਹੈ ਸੰਗਤ ਕਰਦੇ ਰਹੀਏ ਮਨ ਨਹੀਂ ਟੁੱਟਦਾ ਜਿਵੇਂ ਘਰ 'ਚ ਕੋਈ ਬੂਟਾ ਲਾ ਦਿਓ ਜੇ ਤਾਂ ਰੋਜ਼ ਰਾਖੀ ਰੱਖੋਗੇ ਪਾਣੀ ਪਾਓਗੇ ਉਹਨੇ ਇੱਕ ਦਿਨ ਦਰਖਤ ਦਾ ਰੂਪ ਧਾਰਨ ਕਰ ਲੈਣਾ ਵੱਡਾ ਹੋ ਜਾਣਾ ਉਹਨੂੰ ਫਲ ਵੀ ਲੱਗਣਗੇ ਫਲੀਆਂ ਵੀ ਲੱਗਣਗੀਆਂ ਉਹ ਸਾਨੂੰ ਛਾਂ ਵੀ ਬਖਸ਼ੇਗਾ ਇਸੇ ਤਰ੍ਹਾਂ ਹੀ ਮਨ ਹੈ ਜਿਵੇਂ ਰੋਜ਼ ਬੂਟੇ ਨੂੰ ਪਾਣੀ ਪਾਉਂਦੇ ਰਹੀਏ ਉਹ ਖਿੜਿਆ ਰਹੇਗਾ ਇਸੇ ਤਰ੍ਹਾਂ ਹੀ ਮਨ ਹੈ ਜਿਹਨੂੰ ਰੋਜ਼ ਗੁਰਬਾਣੀ ਦੀ ਸੰਗਤ ਕਰਾਈਏ ਸਤਿਗੁਰ ਦੀ ਸੰਗਤ ਕਰਾਈਏ ਨਾਮ ਬਾਣੀ ਨਾਲ ਜੁੜੀਏ ਇਹ ਵੀ ਫਿਰ ਹਰਿਆ ਭਰਿਆ ਰਹਿੰਦਾ ਹੈ ਇਹਨੂੰ ਸੋਕਾ ਨਹੀਂ ਲੱਗਦਾ ਤੁਸੀਂ ਦਰਖਤ ਨੂੰ ਪਾਣੀ ਪਾਉਣਾ ਛੱਡ ਦਿਓ ਉਹ ਸੁੱਕਣਾ ਸ਼ੁਰੂ ਹੋ ਜਾਏਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਾਣੀ ਓਨਾ ਚਿਰ ਉਹਨੇ ਪੀਣਾ ਜਿੰਨਾ ਚਿਰ ਉਹਦੀਆਂ ਦਰਖਤਾਂ ਉਹਦੀਆਂ ਜੜਾਂ ਪਾਣੀ ਨਾਲ ਥੱਲੇ ਨਾ ਮੈਚ ਕਰ ਜਾਣ ਜਦੋਂ ਧਰਤੀ ਨੂੰ ਉਹਨੂੰ ਪਕੜ ਕਰ ਲੈਣੀ ਹੈ ਫਿਰ ਤੁਹਾਡੇ ਪਾਣੀ ਦੀ ਲੋੜ ਨਹੀਂ ਪੈਣੀ ਉਹ ਧਰਤੀ ਚੋਂ ਪਾਣੀ ਪੀ ਜਾਣਾ ਆਖੇ ਸਤਨਾਮ ਸ੍ਰੀ ਵਾਹਿਗੁਰੂ ਫਿਰ ਦੁਆਰੇ ਹੁਣ ਵੱਡੇ ਵੱਡੇ ਦਰਖਤ ਨੇ ਉਹਨੂੰ ਪਾਣੀ ਦੀ ਲੋੜ ਹੀ ਨਹੀਂ ਪੈਂਦੀ ਉਹ ਥੱਲੋਂ ਹੀ ਪੀ ਜਾਂਦੇ ਨੇ ਬੋਰਡ ਦਾ ਦਰਖਤ ਹੁੰਦਾ ਨਾ ਕਈ ਪਿੰਡਾਂ 'ਚ ਸ਼ਹਿਰਾਂ 'ਚ ਖਤਮ ਹੋ ਗਏ ਪਿੰਡਾਂ 'ਚ ਅੱਜ ਵੀ ਮੌਜੂਦ ਨੇ ਜੇ ਕੋਈ ਉਹਨੂੰ ਪੱਟਦਾ ਉਹਦੀਆਂ ਜੜ੍ਹਾਂ ਅੱਧੇ ਪਿੰਡ ਤੱਕ ਜਾਈਆਂ ਹੁੰਦੀਆਂ ਨੇ ਦੂਰ ਦੂਰ ਤੱਕ ਇਸੇ ਤਰ੍ਹਾਂ ਹੀ ਆਪਾਂ ਨੇ ਓਨਾ ਚਿਰ ਮਨ ਨਾਲ ਮਨ ਨੂੰ ਸੰਗਤ ਨਾਲ ਗੁਰੂ ਨਾਲ ਜੋੜ ਕੇ ਰੱਖਣਾ ਜਿੰਨਾ ਚਿਰ ਮਨ ਉਸ ਨਾਮ ਨਾਲ ਰੰਗਿਆ ਨਾ ਜਾਵੇ ਜਿੱਦਣ ਰੰਗਿਆ ਗਿਆ ਫਿਰ ਚੌਂਕੜਾ ਮਾਰਨ ਦੀ ਲੋੜ ਨਹੀਂ ਪੈਣੀ ਤੁਰਦਾ ਫਿਰਦਾ ਵੀ ਜੱਪੀ ਜਾਵੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿੰਨਾ ਚਿਰ ਪਕੜ ਨਹੀਂ ਪੈਂਦੀ ਜਿੱਦਣ ਪਕੜ ਹੋ ਗਈ ਮਜ਼ਬੂਤ ਹੋ ਗਿਆ ਮਨ ਰੰਗਿਆ ਗਿਆ ਰੰਗ ਲਾਗਤ ਲਾਗਤ
लागत है। फिर रोटी खान नू मन नहीं करना भी पहला मैं जपजी साहब पढ़ लव आखो सपना श्री वाहिगुरु रस नहीं आना प्रसादे दा मैं घंटा अद्धा घंटा सिमरन कर ला फिर प्रसादा सकदा है मन फिर ये चीज लभदा है। जिहड़े गुरमुख रोज नितनेम करन वाले ने तुसीं वेख्यो उहनां नू प्रसादा चंगा नहीं लगदा जिन्ना चिर नितनेम ना कर लैण। जे किसे गल करके नितनेम रह भी जावे फिर भी दिन चंगा जां नहीं लगदा भी अज रह गया कुछ। जिहड़े नित दे नेमी ने रोज हुण जिन्हां ने कदे पढ़ के नहीं वेख्या भावें असीं अमृत छक लिया पर कदे जिन्हें जपजी साहिब पढ़ के नहीं वेख्या उहनूं की पता है। ਉਹ ਐਵੇਂ ਨਹੀਂ ਗੱਲ ਉਹ ਤਾਂ ਨਾਮ ਦਾ ਰਸ ਆਨੰਦ ਉਹ ਰਹਿ ਰਾ ਸਭ ਕਰੇ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਛਕਦੇ ਜਿਹਨਾਂ ਚ ਰਹਿ ਰਾ ਸਭ ਨਾ ਹੋਈ। ਇਹ ਨਿੱਤ ਦਾ ਇਹਦਾ ਫਲ ਸਾਨੂੰ ਮਿਲਣਾ ਹੌਲੀ ਹੌਲੀ। ਅੱਜ ਜੀਭ ਬੋਲਦੀ ਹੈ ਹੌਲੀ ਹੌਲੀ ਮਨ ਵੀ ਬੋਲੇਗਾ। ਜੇ ਆਪਾਂ ਪ੍ਰਸ਼ਾਦਾ ਛਕਦੇ ਹਾਂ ਪਹਿਲਾਂ ਜੀਭ ਤੇ ਰੱਖਦੇ ਹਾਂ ਸਿੱਧੀ ਗ੍ਰਾਹੀ ਅੰਦਰ ਨਹੀਂ ਜਾਂਦੀ ਦੰਦ ਚੱਬਦੇ ਨੇ ਤਿੰਨ ਚਾਰ ਮਿੰਟ ਲੱਗਦੇ ਨੇ ਉਹਨੂੰ ਫਿਰ ਪ੍ਰਸ਼ਾਦਾ ਅੰਦਰ ਜਾਂਦਾ। ਅੱਜ ਕੱਲੀ ਜੀਭ ਜਪਦੀ ਹੈ ਹੌਲੀ ਹੌਲੀ ਇਹ ਮਨ ਤੇ ਵੀ ਅਸਰ ਕਰੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮਨ ਵੀ ਜਪੇਗਾ ਹੌਲੀ ਹੌਲੀ। ਹੁਣ ਜੇ ਭੋਜਨ ਕੱਲਾ ਜੀਭ ਤੇ ਰੱਖ ਕੇ ਬਾਹ ਅਸੀਂ ਰਹਿਣ ਦੀਏ ਉਹਨੇ ਤਾਕਤ ਕਿੱਥੇ ਦੇਣੀ ਹੈ ਸਰੀਰ ਨੂੰ। ਜੇ ਕੱਲਾ ਭਜਨ ਵਾਹਿਗੁਰੂ ਕੱਲਾ ਜੀਭ ਤੇ ਰਿਹਾ ਫਿਰ ਮਨ ਤੇ ਕੀ ਅਸਰ ਹੋਵੇਗਾ। ਮਨ ਤੇ ਅਸਰ ਉਦੋਂ ਹੋਣਾ ਹੈ ਜਿੰਨਾ ਚਿਰ ਜੀਭ ਜਪ ਕੇ ਮਨ ਕੋਲ ਨਹੀਂ ਜਾਂਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਪੀ ਜਾਓ ਹੌਲੀ ਹੌਲੀ ਨਾਲੇ ਅਰਦਾਸ ਕਰੀ ਜਾਓ ਮਹਾਰਾਜ ਦੇ ਚਰਨਾਂ ਨਾਲੇ ਰੋਜ਼ ਬੇਨਤੀ ਕਰਿਆ ਕਰੋ। ਤੂੰ ਸਭ ਦੀਆਂ ਰੱਖਦੈ ਮੇਰੇ ਸਤਿਗੁਰ ਜੀ ਜੇ ਮੇਰੀ ਰੱਖ ਲੈ ਮੈਂ ਤਾਂ ਜਾਣਾ। ਤੂੰ ਸਭ ਦੀਆਂ ਸੁਣਦੈ ਸਤਿਗੁਰ ਜੀ ਜੇ ਮੇਰੀ ਸੁਣ ਲੈ ਤਾਂ ਜਾਣਾ। ਤੂੰ ਸਭ ਦੀਆਂ ਸੁਣਦੈ ਮੇਰੇ ਸਤਿਗੁਰ ਜੀ ਜੇ ਮੇਰੀ ਸੁਣ ਲੈ ਮੈਂ ਤਾਂ ਜਾਣਾ। ਤੂੰ ਸਭ ਦੀਆਂ ਸੁਣਦੈ ਸਤਿਗੁਰ ਜੀ ਜੇ ਮੇਰੀ ਸੁਣੇ ਤਾਂ ਤੇਰਾ ਕੀਤਾ ਜਾਦੂ ਨਾਹੀ ਤੇਰਾ ਕੀਤਾ ਜਾਦੂ ਨਾਹੀ ਤੇਰਾ ਕੀਤਾ ਜਾਦੂ ਨਾਹੀ ਮੈਨੂੰ ਜੋਗ ਕਿਤੋਈ ਤਰਸ ਪਿਆ ਮਹਿਰਾਮਤ ਹੋਈ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਸੱਜਣ ਮਿਲੇ ਗੁਰ ਸੱਜਣ ਸੱਜਣ ਮਿਲੇ ਸਤਿਗੁਰ ਸੱਜਣ ਸੱਜਣ ਮਿਲੇ ਸੱਜਣ ਸੱਜਣ ਮਿਲੇ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵ
ਮਨ ਥੀਵੇ ਹਰਿਆ ਤੂੰ ਸਭ ਦੀਆਂ ਸੁਣਦੇ ਅੱਜ ਮੇਰੀ ਸੁਣ ਲੈ ਤੂੰ ਸਭ ਦੀਆਂ ਸੁਣਦੇ ਅੱਜ ਮੇਰੀ ਸੁਣ ਲੈ ਤੁਹਾਡੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਮਹਾਰਾਜ ਪਹਿਲਾਦ ਨੂੰ ਤੂੰ ਤਾਰਿਆ ਧਰੂ ਨੂੰ ਤੂੰ ਤਾਰਿਆ ਰਵਿਦਾਸ ਮਹਾਰਾਜ ਨੂੰ ਤੂੰ ਤਾਰਿਆ ਭਗਤ ਕਬੀਰ ਨੂੰ ਤੂੰ ਤਾਰਿਆ ਭਗਤ ਸਦਨਾ ਜੀ ਨੂੰ ਤੁਸੀਂ ਤਾਰਿਆ ਭਗਤ ਬੈਣੀ ਜੀ ਨੂੰ ਤੁਸੀਂ ਤਾਰਿਆ ਕਿਹੜੇ ਕਿਹੜਿਆਂ ਦੇ ਨਾਮ ਲਈਏ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਨ ਮੈਂ ਬਿਆਨ ਨਹੀਂ ਕਰ ਸਕਦਾ ਤੁਹਾਡੀ ਮਹਿਮਾ ਨੂੰ ਤੁਹਾਡੇ ਪਰਉਪਕਾਰਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਇੰਨੇ ਗੁਣ ਨੇ ਅਸਮਾਨ ਦੇ ਤਾਰੇ ਗਿਣੇ ਜਾ ਸਕਦੇ ਨੇ ਪਰ ਮਹਾਰਾਜ ਜਿਹੜੀ ਤੁਸੀਂ ਆਪਣੀ ਨਜ਼ਰ ਨਾਲ ਤਾਰੇ ਨੇ ਉਹ ਨਹੀਂ ਕੋਈ ਗਿਣੇ ਜਾ ਸਕਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਦੇ ਨਹੀਂ ਗਿਣੇ ਜਾ ਸਕਦੇ ਉਹ ਕਿਸੇ ਤੋਂ ਵੀ ਕਿਰਪਾ ਕਰ ਸਕਦਾ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਕਿਸੇ ਨੂੰ ਵੀ ਬਖਸ਼ ਸਕਦਾ ਉਹ ਹੁਣ ਇਹ ਨਹੀਂ ਵੇਖਣਾ ਤੂੰ ਦਾੜਾ ਰੱਖਿਆ ਕਿ ਨਹੀਂ ਜਿੱਦਣ ਬਖਸ਼ ਲੈਣਾ ਉਹਨੇ ਆਪੇ ਹੀ ਰਖਾ ਲੈਣਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਇਹ ਨਹੀਂ ਵੇਖਣਾ ਤੂੰ ਚੋਲਾ ਪਾਇਆ ਕਿ ਨਹੀਂ ਜਿੱਦਣ ਉਹਨੇ ਬਖਸ਼ ਲੈਣਾ ਉਹਨੇ ਆਪੇ ਹੀ ਪਵਾ ਲੈਣਾ ਇਨਸਾਨ ਸੋਚਦਾ ਵੀ ਮੈਂ ਹਲੇ ਗੁਰੂ ਨਾਲ ਨਹੀਂ ਜੁੜਿਆ ਜਿੱਦਣ ਉਹਨੇ ਕਿਰਪਾ ਕਰ ਦੇਣੀ ਹੈ ਉਹਨੇ ਆਪੇ ਜੋੜ ਲੈਣਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਤੋਂ ਕੁਛ ਨਹੀਂ ਲੁਕਿਆ ਕੁਛ ਵੀ ਨਹੀਂ ਲੁਕਿਆ ਉਹ ਤੋਂ ਚੰਗਿਆਈਆਂ ਬੁਰਿਆਈਆਂ ਬੁਰਿਆਈਆਂ ਵਾਚੈ ਧਰਮ ਧਰਮ ਹਦੂਰ ਇਹ ਵਾਚੀਆਂ ਨਹੀਂ ਇਹ ਰੱਬ ਦੇ ਘਰ ਚ ਵਾਚੀਆਂ ਜਾਣੀਆਂ ਚੰਗਿਆਈਆਂ ਵੀ ਤੇ ਬੁਰਿਆਈਆਂ ਵੀ ਇਸ ਕਰਕੇ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਆਨੰਦ ਨਾਲ ਆਨੰਦ ਆਨੰਦ ਸਭ ਕੋ ਕਹੇ ਦੇਖੋ ਦੁਨੀਆ ਕਿੰਨੇ ਆਨੰਦ ਲੈਂਦੀ ਹੈ ਹਰ ਤਰ੍ਹਾਂ ਦਾ ਆਨੰਦ ਹੈ ਇਸ ਸੰਸਾਰ ਤੇ ਤਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਕਹਿੰਦੇ ਅਸਲੀ ਆਨੰਦ ਦਾ ਉਦੋਂ ਪਤਾ ਲੱਗਣਾ ਜਿਹਨੂੰ ਗੁਰੂ ਨੂੰ ਸਮਝ ਲਏਗਾ ਗੁਰੂ ਨੂੰ ਜਾਣ ਲਏਗਾ ਜਿਹੜਾ ਗੁਰੂ ਦੇ ਘਰ ਚ ਆਨੰਦ ਹੈ ਉੱਥੇ ਸਾਰੇ ਦੁਨੀਆਂ ਦੇ ਆਨੰਦ ਫਿੱਕੇ ਪੈ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਇਸ ਜਗਤ ਜਲੰਦੇ ਨੂੰ ਤਾਰਨ ਵਾਸਤੇ ਆਏ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਮਹਾਰਾਜ ਨਗਰਾਂ ਨੂੰ ਤਾਰਦੇ ਤਾਰਦੇ ਕਰਤਾਰਪੁਰ ਸਾਹਿਬ ਦੀ ਧਰਤੀ ਨੂੰ ਤਾਰਿਆ ਨਨਕਾਣਾ ਸਾਹਿਬ ਨੂੰ ਤਾਰਿਆ ਜਿਹਨੂੰ ਰਾਏ ਭੋਏ ਦੀ ਤਲਵੰਡੀ ਕਿਹਾ ਜਾਂਦਾ ਸੀ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਚਾਰ ਉਦਾਸੀਆਂ ਕੀਤੀਆਂ ਗੁਰੂ ਨਾਨਕ ਮਹਾਰਾਜ ਨੇ ਜਿੱਧਰ ਵੀ ਗਏ ਐਸੀ ਕੋਈ ਇਲਾਕਾ ਨਹੀਂ ਜਿੱਥੇ ਪਾਤਸ਼ਾਹ ਨੇ ਨਾ ਚਰਨ ਪਾਏ ਹੋਣ ਜਰੇ ਜਰੇ ਨੂੰ ਤਾਰਿਆ ਇੱਕ ਦਿਨ ਮਹਾਰਾਜ ਜੰਗਲ ਵਿੱਚ ਬੈਠ ਗਏ ਬੀਆਬਾਨ ਜੰਗਲ ਹੈ ਜੰਗਲੇ ਹੁੰਦੇ ਸੀ ਪੱਗ ਡੰਡੀਆਂ ਹੁੰਦੀਆਂ ਸੀ ਛੋਟੇ ਛੋਟੇ ਰਸਤੇ ਇਕੱਲੇ ਪੈਦਲ ਤੁਰਨ ਵਾਸਤੇ ਪੱਗ ਡੰਡੀਆਂ ਚੋਂ ਤੁਰ ਕੇ ਜਾਂਦੇ ਨੇ ਲੋਕ ਤੁਰਦੇ ਤੁਰਦੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਇੱਕ ਜੰਗਲ ਚ ਬੈਠ ਕੇ ਨੇੜੇ ਹੀ ਪਿੰਡ ਹੈ ਛੋਟਾ ਜਿਹਾ ਨਗਰ ਹੈ ਨੇੜੇ ਇੱਕ ਦਿਨ ਲੰਘ ਗਿਆ ਬੈਠਿਆਂ ਨੂੰ ਹੁਣ ਮਹਾਰਾਜ ਦੀ ਖੁਰਾਕ ਕੀ ਸੀ ਭੋਜਨ ਨਹੀਂ ਮਹਾਰਾਜ ਦੀ ਖੁਰਾਕ ਕੀ ਸੀ ਗੱਲਾਂ ਬਾਤਾਂ ਕਰਨੀਆਂ ਨਹੀਂ ਮਹਾਰਾਜ ਦੀ ਖੁਰਾਕ ਸੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਇੱਕ ਵਾਰ ਗੁਰੂ ਨਾਨਕ ਮਹਾਰਾਜ ਜੀ ਦੇ ਮਾਤਾ ਜੀ ਮਾਤਾ ਤ੍ਰਿਪਤਾ ਜੀ ਨੇ ਸਹਿਜ ਸੁਭਾਅ ਪੁੱਛ ਲਿਆ ਆਪਣੇ ਪੁੱਤਰ ਨੂੰ ਗੁਰੂ ਨਾਨਕ ਮਹਾਰਾਜ ਨੂੰ
ਕਹਿੰਦੀ ਪੁੱਤ ਤੂੰ ਸਾਡੇ ਨਾਲ ਬਹੁਤ ਘੱਟ ਗੱਲ ਕਰਦਾ ਹੈ, ਇੱਕ ਤੇਰੀ ਅੱਖਾਂ 'ਚੋਂ ਪਾਣੀ ਬਹੁਤ ਆਉਂਦਾ ਰਹਿੰਦਾ ਹੈ ਤੇ ਤੇਰੇ ਬੁੱਲ ਹਰ ਵੇਲੇ ਫਰਕਦੇ ਰਹਿੰਦੇ ਨੇ, ਤੂੰ ਕੀ ਕਰਦਾ ਹੈ? ਭੈਣ ਨਾਨਕੀ ਸਭ ਕੁਝ ਜਾਣਦੀ ਸੀ, ਬਾਕੀਆਂ ਨੂੰ ਬਾਅਦ 'ਚ ਪਛਾਣ ਆਈ ਹੈ। ਮਾਤਾ ਜੀ ਨੂੰ ਮਹਾਰਾਜ ਕਲੰਕ ਗੁਰੂ ਧੰਨ ਗੁਰੂ ਨਾਨਕ ਮਹਾਰਾਜ ਜੀ ਕਹਿਣ ਲੱਗੇ, ਮਾਤਾ ਜੀ ਆਪਾਂ ਰੋਜ਼ ਰਹਿਰਾ ਸਾਹਿਬ ਦਾ ਪਾਠ ਕਰਦੇ ਹਾਂ। ਮਾਤਾ ਜੀ ਨੂੰ ਕੀ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ? ਆਖਾਂ ਜੀਵਾਂ ਵਿਸਰੇ ਮਰ ਜਾਵਾਂ। ਧੰਨ ਗੁਰੂ ਨਾਨਕ ਮਹਾਰਾਜ ਜੀ ਕਹਿਣ ਲੱਗੇ, ਮਾਤਾ ਜੀ ਆਖਾਂ ਜੀਵਾਂ ਵਿਸਰੇ ਮਰ ਜਾਓ। ਮਾਤਾ ਜੀ ਜੇ ਆਖਦਾ ਤਾਂ ਜਿਉਨਾ, ਜੇ ਵਿਸਰ ਜਾਵੇ ਤਾਂ ਮੈਂ ਆਪਣੇ ਆਪ ਨੂੰ ਸਵਾਸਾਂ ਰੂਪੀ ਨਹੀਂ ਸਮਝਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮਾਤਾ ਜੀ ਨੂੰ ਜਵਾਬ ਦਿੱਤਾ ਗੁਰੂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਮਾਤਾ ਜੀ ਜੇ ਆਖਦਾ ਤਾਂ ਜਿਉਨਾ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸੱਚਾ ਨਾਮ, ਸੱਚੇ ਨਾਮ ਕੀ ਲਾਗੇ ਭੁੱਖ। ਮਾਤਾ ਜੀ ਮੇਰੀ ਭੁੱਖੀ ਇਹੀ ਹੈ, ਜੇ ਮੈਂ ਉਹਦਾ ਨਾਮ ਉਹਨੂੰ ਯਾਦ ਕਰਦਾ, ਜੇ ਮੈਂ ਉਹਨੂੰ ਧਿਆਨਾ, ਮੇਰੀ ਭੁੱਖੀ ਇਹੀ ਹੈ। ਤੁਰਕੀ ਬਾਣੀ ਆਈ, ਤੁਰਕੀ ਬਾਣੀ ਆਈ, ਤੁਰਕੀ ਬਾਣੀ ਆਈ, ਤੁਰਕੀ ਬਾਣੀ ਆਈ ਜੀ, ਤੁਰਕੀ ਬਾਣੀ ਆਈ, ਤੁਰਕੀ ਬਾਣੀ ਆਈ, ਤੁਰਕੀ ਬਾਣੀ ਆਈ, ਤੁਰਕੀ ਬਾਣੀ ਆਈ। ਤਿੰਨ ਸਗਲੇ ਜਿੰਦ ਮਟਾ, ਸਗਲੀ ਜਿੰਦ ਮਿਟਾਈ, ਤੁਰਕੀ ਬਾਣੀ ਆਈ, ਤਿੰਨ ਸਗਲੀ ਜਿੰਦ ਮਿਟਾਈ, ਤੁਰਕੀ ਬਾਣੀ ਆਈ, 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 ਤਿੰਨ ਸਗਲੀ ਚਿੰਤ ਮਟਈਏ। ਮਹਾਰਾਜ ਦੀ ਖੁਰਾਕ ਸੀ ਤਾਂ ਜੰਗਲ ਵਿੱਚ ਬੈਠੇ ਭਾਈ ਮਰਦਾਨੇ ਨੂੰ ਮਹਾਰਾਜ ਕਹਿਣ ਲੱਗੇ, ਮਰਦਾਨਿਆ ਛੇੜ ਰਵਾਵ, ਗੁਰਬਾਣੀ ਆਈ ਹੈ। ਭਾਈ ਬਾਲਾ ਚੌਰ ਕਰਦਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਇਹ ਐਸੇ ਸਿੱਖ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਅੰਤ ਸਮੇਂ ਤੱਕ ਮਹਾਰਾਜ ਦਾ ਪੱਲਾ ਨਹੀਂ ਛੱਡਿਆ। ਸਤਨਾਮ ਅੰਤ ਸਮੇਂ ਤੱਕ ਵੀ, ਸਰੀਰਕ ਅੰਤ ਸਮੇਂ ਤੱਕ ਮਹਾਰਾਜ ਅੱਜ ਵੀ ਹਾਜ਼ਰ ਨਾਜ਼ਰ ਨੇ। ਇੱਕ ਦਿਨ ਲੰਘਿਆ ਇਸੇ ਤਰ੍ਹਾਂ ਹੀ ਗਾਉਂਦਿਆਂ ਹੋਇਆਂ, ਦੂਜਾ ਦਿਨ ਵੀ ਲੰਘ ਗਿਆ। ਉਸ ਨਗਰ 'ਚ ਇੱਕ ਬੀਬੀ ਰਹਿੰਦੀ ਹੈ, ਗੁਰਮੁਖ ਪਿਆਰਿਓ ਰੋਜ਼ ਆਪਣੇ ਘਰ ਵਾਲੇ ਵਾਸਤੇ ਪ੍ਰਸ਼ਾਦਾ ਲੈ ਕੇ ਆਇਆ ਕਰੇ ਖੇਤਾਂ ਦੇ ਵਿੱਚ। ਕਿਰਤ ਕਮਾਈ ਕਰਦੇ ਸੀ ਲੋਕ, ਸਵੇਰੇ ਸਾਜਰੇ ਹਲ ਚੱਕ ਕੇ ਨਿਕਲ ਜਾਣਾ, ਸ਼ਾਮੀ ਘਰ ਵੜਨਾ, ਆਪ ਹੱਥੀ ਕਿਰਤ ਕਰਨੀ, ਜੋ ਗੁਰੂ ਨਾਨਕ ਮਹਾਰਾਜ ਜੀ ਦਾ ਉਪਦੇਸ਼ ਹੈ, ਨਾਮ ਜਪੋ, ਵੰਡ ਛਕੋ ਅਤੇ ਕਿਰਤ ਕਰੋ। ਗੁਰਬਾਣੀ ਦਾ ਬਚਨ ਵੀ ਹੈ, ਕਰ ਸੋ ਕਿਰਤ ਧਰਮ ਕਮਾਇਆ। ਅਸਲੀ ਧਰਮੀ ਉਹੀ ਹੈ ਜਿਹੜਾ ਆਪਣੇ ਦਸਾਂ ਨੌਵਾਂ ਦੀ ਕਿਰਤ ਕਰਦਾ ਹੈ, ਪਰਾਏ ਹੱਕ ਤੇ ਆਸ ਨਹੀਂ ਰੱਖਦਾ। ਜਿਹੜਾ ਪਰਾਏ ਹੱਕ ਤੇ ਆਸ ਰੱਖਦਾ, ਮਹਾਰਾਜ ਕਹਿੰਦੇ ਉਹਨਾਂ ਦੀ ਗੁਰੂ ਪੀਰ ਵੀ ਹਾਮੀ ਨਹੀਂ ਭਰਦੇ, ਜਿਹੜੇ ਪਰਾਇਆਂ ਦੇ ਉੱਪਰ ਆਸ ਰੱਖਦੇ ਨੇ ਵੀ ਉਹਦਾ ਹੱਕ ਮੈਂ ਖਾ ਲਾਂਗਾ। ਆਖੋ ਸਤਨਾਮ ਸ੍ਰੀ ਵਾਹਿ। ਗੁਰੂ ਪੀਰ ਵੀ ਹਾਮੀ ਨਹੀਂ ਭਰਦੇ, ਅੰਤ ਵੇਲੇ ਪਰਾਇਆ ਹੱਕ ਨਹੀਂ, ਕਿਰਤ ਆਪਣੀ। ਤਾਂ ਗੁਰਮੁਖ ਪਿਆਰਿਓ
ਉਸ ਨਗਰ ਦੇ ਵਿੱਚ ਰੋਜ਼ ਬੀਬੀ ਪ੍ਰਸ਼ਾਦਾ ਲੈ ਕੇ ਜਾਂਦੀ ਹੈ ਆਪਣੇ ਘਰ ਵਾਲੇ ਵਾਸਤੇ, ਉਹਨੂੰ ਖਿੱਚ ਪੈਂਦੀ ਹੈ। ਪਹਿਲੇ ਦਿਨ ਵੀ ਬੜੀ ਖਿੱਚ ਪਈ ਵੀ ਜੰਗਲ ਦੇ ਵਿੱਚ ਕੋਈ ਪਰਮਾਤਮਾ ਦੀ ਉਸਤਤ ਕਰ ਰਿਹਾ ਹੈ, ਹੁਣ ਜਿਨ੍ਹਾਂ ਨੂੰ ਲਗਾਓ ਹੈ ਉਹ ਕਿੱਥੇ ਰਹਿ ਸਕਦਾ ਹੈ। ਪਹਿਲੇ ਦਿਨ ਖਿੱਚ ਹੋਈ, ਫੇਰ ਖੜ ਗਈ ਵੀ ਚੱਲ ਛੱਡ ਆਪਾਂ ਕੀ ਲੈਣਾ ਹੈ। ਦੂਜਾ ਦਿਨ ਹੋਇਆ ਗੁਰਮੁਖ ਪਿਆਰਿਓ, ਫੇਰ ਉਹ ਬੀਬੀ ਨੇ ਖਿੱਚ ਪਈ ਵੀ ਅੱਜ ਫੇਰ ਉਸੇ ਤਰ੍ਹਾਂ ਹੀ ਕਿ ਕੋਈ ਸਾਜ ਵੱਜ ਰਿਹਾ, ਕੋਈ ਇੱਥੇ ਕੋਈ ਸਾਧੂ ਮਹਾਤਮਾ ਲੱਗਦਾ ਕੋਈ ਆਇਆ ਹੋਇਆ। ਉਹਨੇ ਫੇਰ ਮਨ ਮਾਰਿਆ ਵੀ ਛੱਡ ਪਰੇ, ਪਹਿਲਾਂ ਕਰਮ ਜਾਗੇ ਫਿਰ ਮਾੜੇ ਕਰਮ, ਫੇਰ ਅੱਗੇ ਆ ਗਏ। ਤੇ ਤੀਜੇ ਦਿਨ ਨੀ ਫਿਰ ਰੁਕਿਆ ਗਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਗੁਰਮੁਖ ਪਿਆਰਿਓ, ਉਹ ਬੀਬੀ ਦੇ ਘਰ ਵਾਲੇ ਦਾ ਨਾਮ ਹੈ ਭਾਈ ਦੋਦਾ। ਉਹ ਆਪਣੇ ਕਿਰਤ ਕਰਦਾ ਖੇਤਾਂ ਚ ਬੈਠਾ ਹੈ। ਦੋਦੇ ਦੇ ਘਰ ਵਾਲੀ ਜਿੱਦਾਂ ਤੀਜੇ ਦਿਨ ਪ੍ਰਸ਼ਾਦਾ ਲੈ ਕੇ ਆਈ ਨਾ ਆਪਣੇ ਘਰ ਵਾਲੇ ਵਾਸਤੇ, ਉਹਨੇ ਘਰ ਤੋਂ ਹੀ ਸੋਚ ਲਿਆ ਵੀ ਅੱਜ ਮੈਂ ਕੁਛ ਉਹਨਾਂ ਫਕੀਰਾਂ ਵਾਸਤੇ ਵੀ ਲੈ ਕੇ ਜਾਵਾਂ ਜਿਹੜੇ ਬੈਠੇ ਨੇ। ਤਾਂ ਗੁਰਮੁਖ ਪਿਆਰੇ ਹੋਇਆ ਕਿ ਜਦੋਂ ਉਹ ਘਰ ਤੋਂ ਤੁਰੀ, ਤੁਰ ਕਰਕੇ ਗੁਰਮੁਖ ਪਿਆਰੇ ਉਸੇ ਜੰਗਲ ਦੇ ਵਿੱਚੋਂ ਹੀ ਰਸਤਾ ਸੀ, ਜਦੋਂ ਆਈ ਉਹਨੂੰ ਫੇਰ ਖਿੱਚ ਪੈ ਗਈ, ਪਰ ਅੱਜ ਨੀ ਰੁਕਿਆ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਭਾਗ ਜਾਗ ਗਏ, ਅੱਜ ਕਿਸਮਤ ਜਾਗ ਗਈ, ਸੁੱਤੀ ਹੋਈ ਕਿਸਮਤ ਜਾਗ ਗਈ। ਅੱਜ ਪ੍ਰਸ਼ਾਦਾ ਪਾਣੀ ਛਕਾ ਕਰਕੇ ਜਦੋਂ ਵਾਪਸ ਮੁੜੀ, ਮੁੜਦੇ ਸਾਰੀ ਕਹਿੰਦੀ ਵੇਖ ਕੇ ਤਾਂ ਆਵਾਂ ਕੌਣ ਹੈ। ਜਦੋਂ ਗਈ ਸਾਹਮਣੇ ਗੁਰੂ ਨਾਨਕ ਮਹਾਰਾਜ ਬੈਠੇ ਨੇ, ਆਖੋ ਸਤਨਾਮ। ਸਮਾਧੀ ਲੱਗੀ ਹੋਈ ਹੈ, ਨੇਤਰ ਬੰਦ ਨੇ, ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਸਾਹਮਣੇ ਮਹਾਰਾਜ ਦੇ ਦਰਸ਼ਨ ਹੋ ਰਹੇ ਨੇ। ਫਿਰ ਸ਼ੁੱਧ ਚ ਸ਼ੁੱਧ ਨਾ ਰਹੀ, ਬੁੱਧ ਚ ਬੁੱਧ ਨਾ ਰਹੀ, ਚੌਂਕੜਾ ਮਾਰ ਕੇ ਬੈਠ ਗਈ, ਜਿਵੇਂ ਮਹਾਰਾਜ ਪੜ੍ਹ ਰਹੇ ਨੇ ਪਿੱਛੇ ਪਿੱਛੇ ਆਪ ਵੀ ਉਸੇ ਤਰ੍ਹਾਂ ਹੀ। ਘੰਟਾ ਲੰਘ ਗਿਆ, ਦੋ ਘੰਟੇ ਲੰਘ ਗਏ, ਜਦੋਂ ਮੂੰਹ ਨੇ ਰਾਜਾ ਹੋਣ ਵਾਲਾ ਹੋਇਆ, ਮਹਾਰਾਜ ਨੇ ਨੇਤਰ ਖੋਲੇ, ਸਾਹਮਣੇ ਵੇਖਿਆ ਭਾਈ ਦੋਦੇ ਦੇ ਘਰ ਵਾਲੀ ਬੀਬੀ ਬੈਠੀ ਆ ਮਹਾਰਾਜ ਦੇ ਸਾਹਮਣੇ ਚੌਂਕੜਾ ਮਾਰ ਕੇ। ਤੇ ਐਸੀ ਕਿਰਪਾ, ਮਹਾਰਾਜ ਨੇ ਪੁੱਛਿਆ ਧੀਏ ਕੌਣ ਹੈ। ਮਹਾਰਾਜ, ਪਾਪੀ ਮਨ ਰੰਗ ਦਿਓ ਜੀ ਮੇਰਾ ਦਾ ਮੀਂਹ ਵਰਸਾ ਕੇ, ਪਾਪੀ ਮਨ ਰੰਗ ਦਿਓ ਜੀ ਮੇਰਾ ਦਾ ਮੀਂਹ ਵਰਸਾ ਕੇ, ਪਾਪੀ ਮਨ ਰੰਗ ਦਿਓ ਜੀ ਮੇਰਾ ਦਾ ਮੀਂਹ ਵਰਸਾ ਕੇ, ਪਾਪੀ ਮਨ ਰੰਗ ਦਿਓ ਜੀ ਮੇਰਾ ਦਾ ਮੀਂਹ ਵਰਸਾ ਕੇ, ਪਾਪੀ ਮਨ ਰੰਗ ਦਿਓ ਜੀ। ਸਾਰੀਆਂ ਬੀਬੀਆਂ ਗੱਜ ਕੇ, ਪਾਪੀ ਮਨ ਰੰਗ ਦਿਓ ਜੀ ਮੇਰਾ ਦਾ ਮੀ ਵਰਸਾ ਕੇ, ਮੇਰਾ ਦਾ ਮੀ ਵਰਸਾ ਕੇ, ਮੇਰਾ ਦਾ ਮੀ, ਮੇਰਾ ਦਾ ਮੀ ਵਰਸਾ ਕੇ, ਮੇਰਾ ਦਾ ਮੀ ਵਰਸਾ ਕੇ। ਮੇਰਾ ਦਾ ਮੀਂਹ ਵਰਸਾ ਕੇ, ਮੇਰਾ
ਆਪੀ ਮਨ ਰੰਗ ਦਿਓ ਜੀ ਮਹਿਰਾਂ ਦਾ ਮੀਂਹ ਵਰਸਾ ਆਪੀ ਮਨ ਰੰਗ ਦਿਓ ਜੀ ਮਹਿਰਾਂ ਦਾ ਮੀਂਹ ਵਰਸਾ ਕੇ ਕਿਰਪਾ ਕਰ ਦਿਓ। ਜਦੋਂ ਭਾਈ ਦੋਤੇ ਦੇ ਘਰ ਵਾਲੀ ਨੇ ਮਹਾਰਾਜ ਦੇ ਦਰਸ਼ਨ ਕੀਤੇ, ਮਹਾਰਾਜ ਪੁੱਛਦੇ ਨੇ ਕੌਣ ਹੈ ਧੀਏ ਤੂੰ? ਮਹਾਰਾਜ ਮੇਰਾ ਨਗਰ ਨੇੜੇ ਹੀ ਹੈ, ਸਾਹਮਣੇ ਨਾਲ ਹੀ, ਪਰ ਮੈਂ ਤਿੰਨ ਦਿਨ ਤੋਂ ਨੋਟ ਕਰ ਰਹੀ ਹਾਂ। ਸਤਿਗੁਰੂ ਤੁਸੀਂ ਤਿੰਨ ਦਿਨ ਦੇ ਆਏ ਹੋਏ ਹੋ, ਕੌਣ ਹੋ ਤੁਸੀਂ? ਆਮ ਨੀ ਕੋਈ, ਮੈਂ ਦਰਸ਼ਨ ਕਰਕੇ ਹੀ ਮੇਰੇ ਮਨ ਨੂੰ ਸਕੂਨ, ਮੇਰੇ ਮਨ ਨੂੰ ਸ਼ਾਂਤੀ ਮਿਲ ਗਈ। ਪਾਤਸ਼ਾਹ ਕੌਣ ਹੋ ਤੁਸੀਂ? ਭਾਈ ਮਰਦਾਨੇ ਨੇ ਕਿਹਾ, ਭੈਣੇ ਇਹ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਜਦੋਂ ਮਹਾਰਾਜ ਦਾ ਨਾਮ ਰਸਨਾ ਤੇ ਆਇਆ ਤਾਂ ਮਹਾਰਾਜ ਨੂੰ ਬੇਨਤੀ ਕੀਤੀ, ਪਾਤਸ਼ਾਹ ਜੀ ਫਿਰ ਮੇਰਾ ਮਨ ਰੰਗ ਦਿਓ। ਮਹਾਰਾਜ ਨੇ ਸਿਰ ਤੇ ਰੱਖਿਆ ਹੱਥ, ਕਪਾਟ ਖੋਲਤੇ, ਬੁਰਿਆਈਆਂ ਦਾ ਨਾਸ ਹੋ ਗਿਆ, ਚੰਗਿਆਈਆਂ ਦੀ ਅਛਾਈ ਹੋ ਗਈ। ਅੰਦਰ ਭੱਜੀ ਗਈ, ਕਹਿੰਦੀ ਮੈਂ ਕੁਛ ਖਾਣ ਵਾਸਤੇ ਲੈ ਕੇ ਆਵਾਂ। ਮਹਾਰਾਜ ਤੁਸੀਂ ਤਿੰਨ ਦਿਨ ਹੋ ਗਏ ਬੈਠੇ ਹੋ, ਮੈਨੂੰ ਪਤਾ ਤੁਸੀਂ ਕੁਝ ਛੱਕਿਆ ਨਹੀਂ, ਇੱਥੇ ਕੌਣ ਲੈ ਕੇ ਆਵੇਗਾ? ਪਰ ਰੂਹ ਦੀ ਖੁਰਾਕ ਰੋਜ਼ ਮਿਲਦੀ ਸੀ, ਆਤਮਾ ਦੀ ਖੁਰਾਕ ਰੋਜ਼ ਮਿਲਦੀ ਸੀ, ਭੋਜਨ ਕਦੇ ਕਦੇ ਮਿਲਦਾ ਸੀ। ਅੱਕਾਂ ਦੀਆਂ ਕੁੱਕੜੀਆਂ ਖਾ ਕੇ ਵੀ ਭਾਈ ਮਰਦਾਨੇ ਤੇ ਭਾਈ ਬਾਲੇ ਨੇ ਗੁਜ਼ਾਰਾ ਕੀਤਾ, ਅੱਕਾਂ ਦੀਆਂ ਕੁੱਕੜੀਆਂ ਖਾ ਕੇ। ਦਰਖਤਾਂ ਦੇ ਸਰੱਕ ਲਾ ਕੇ, ਪੱਤੇ ਖਾ ਕੇ ਵੀ ਗੁਜ਼ਾਰਾ ਕੀਤਾ, ਪਰ ਗੁਰੂ ਨਾਨਕ ਦਾ ਲੜਨ ਨਹੀਂ ਛੱਡਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਗੁਰਮੁਖ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਦੇ ਵਾਸਤੇ ਦੁੱਧ ਲਿਆਈ ਭਾਈ ਦੋਦੇ ਦੇ ਘਰ ਵਾਲੀ, ਗੜ ਵਿੱਚ ਦੁੱਧ ਪਾ ਲਿਆਈ, ਨਾਲੇ ਬਾਟੇ ਲਿਆਈ। ਉਹਨਾਂ ਵੇਲਿਆਂ ਦੇ ਲਿਆ ਕੇ ਮਹਾਰਾਜ ਨੂੰ ਦੁੱਧ ਛਕਾਇਆ। ਮਹਾਰਾਜ ਕਹਿੰਦੇ, ਭਾਈ ਇਕੱਲਾ ਅਸੀਂ ਨਹੀਂ, ਤੁਸੀਂ ਵੀ ਨਾਲ ਛਕਣਾ, ਤੁਸੀਂ ਵੀ ਨਾਲ ਛਕੋ। ਚਾਰ ਬਾਟਿਆਂ ਚ ਦੁੱਧ ਪਾਇਆ, ਸਭ ਨੇ ਛਕਿਆ। ਮਹਾਰਾਜ ਕਹਿੰਦੇ, ਧੀਏ ਹਨੇਰਾ ਹੋ ਰਿਹਾ, ਤੂੰ ਆਪਣੇ ਘਰ ਨੂੰ ਜਾ। ਹੁਣ ਭਾਈ ਦੋਦੇ ਦੇ ਘਰ ਵਾਲੀ ਘਰ ਆ ਗਈ, ਸਾਰੀ ਰਾਤ ਨੀਂਦ ਨਾ ਆਵੇ। ਹੁਣ ਜਿਹਨੂੰ ਮੁਰਸ਼ਦ ਮਿਲ ਜੇ ਉਹਦੀ ਕਿੱਥੇ ਅੱਖ ਲੱਗਦੀ ਹੈ, ਜਿਹਨੂੰ ਰੱਬ ਮਿਲ ਜੇ ਉਹਦੇ ਉਹਨੇ ਕੀ ਸੋਣਾ। ਤੇ ਗੁਰਮੁਖ ਪਿਆਰਿਓ, ਜਦੋਂ ਸਮਾਂ ਲੰਘਿਆ, ਰੋਜ਼ ਮਹਾਰਾਜ ਵਾਸਤੇ ਦੁੱਧ ਲੈ ਕੇ ਆਇਆ ਕਰੇ, ਨਾਲੇ ਦਰਸ਼ਨ ਕਰਿਆ ਕਰੇ, ਨਾਲੇ ਸੰਗਤ ਕਰਿਆ ਕਰੇ। ਐਸਾ ਰੰਗ ਚੜਿਆ, ਬਸ ਮਹਾਰਾਜ ਨੇ ਕਿਰਪਾ ਕਰਤੀ। ਹੌਲੀ ਹੌਲੀ ਹੁਣ ਰਹਿੰਦੀ ਘਰ ਚ ਸੀ, ਆਂਢ ਗੁਆਂਢ ਚ ਵੀ ਗੱਲਾਂ ਲੱਗ ਗਈਆਂ ਹੋਣ। ਕਹਿੰਦੇ, ਭਾਈ ਦੋਦੇ ਦੇ ਘਰ ਵਾਲੀ ਨੂੰ ਪਤਾ ਨੀ ਕੀ ਹੋ ਗਿਆ, ਪਹਿਲਾਂ ਤਾਂ ਮਾੜਾ ਮੋਟਾ ਬੋਲ ਲੈਂਦੀ ਸੀ, ਹੁਣ ਬੋਲਦੀ ਏ ਨੀ ਕਿਸੇ ਨਾਲ। ਸਮਝ ਆ ਗਈ ਵੀ ਮੈਂ ਆਪਣਾ ਟਾਈਮ ਕਿਉਂ ਖਰਾਬ ਕਰਾਂ, ਮੈਂ ਆਪਣੇ ਸਵਾਸ ਕਿਉਂ ਖਰਾਬ ਕਰਾਂ। ਉਹੀ ਸਵਾਸ ਹਰ ਵੇਲੇ ਜਪਜੀ ਸਾਹਿਬ ਦਾ ਮੂਲ ਮੰਤਰ ਦਾ ਪਾਠ ਲੱਗ ਪਈ ਕਰਨ, ਰੋਜ਼ ਵਾਹਿਗੁਰੂ ਵਾਹਿਗੁਰੂ ਜਪਿਆ ਕਰੇ, ਸਤ ਕਰਤਾਰ ਸਤ ਕਰਤਾਰ ਦਾ ਹੋਕਾ ਵੀ ਫੁੱਲ ਹਰ ਵੇਲੇ। ਗੁਰਮੁਖ ਪਿਆਰਿਓ, ਜਪ ਰਹੀ ਉਹ ਸਮਾਂ ਇੱਧਰਲੇ ਪਾਸੇ ਲੱਗ ਹੀ ਲਾਣ। ਹੁਣ ਜੇ ਬਹੁਤਾ ਕੋਈ ਰੱਬ ਵਾਲੇ ਪਾਸੇ ਨੂੰ ਹੋ ਜੇ, ਫਿਰ ਲੋਕ ਉਹਦੇ ਵਾਲੇ ਪਾਸੇ ਨੂੰ ਹੋ ਜਾਂਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸੱਚ ਹੈ, ਤੁਸੀਂ ਸਾਜਰੇ 3 ਵਜੇ ਗੁਰਦੁਆਰੇ ਲੱਗ ਜਾਓ ਜਾਣ, ਜੇ ਨਾ ਗੱਲਾਂ ਹੋਣ ਲੱਗ ਜਾਣ ਵੀ ਲੈ ਇਹ ਤਾਂ ਸਾਜਰੇ ਹੀ ਅੰਮ੍ਰਿਤ ਵੇਲੇ ਇੰਨੀ ਛੇਤੀ। ਭਾਵ ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਹੈ, ਉਹਨਾਂ ਨੂੰ ਕੀ ਪਤਾ ਜਿਹਨਾਂ ਨੂੰ ਪਤਾ ਹੀ ਨੀ ਇਸ ਪ੍ਰੇਮ ਭਾਵਨਾ ਪ੍ਰੀਤ ਦਾ। ਐਸਾ ਆਨੰਦ ਬਣਿਆ, ਹੌਲੀ ਹੌਲੀ ਨਗਰ ਚ ਗੱਲਾਂ ਲੱਗ ਪਈਆਂ ਹੋਣ। ਕਿਸੇ ਨੇ ਬੀਬੀ ਨੂੰ ਨਾ ਜੰਗਲ ਚ ਵੜਦੀ ਨੂੰ ਵੇਖ ਲਿਆ, ਪਿੰਡ ਚ ਗੱਲਾਂ ਲੱਗ ਪਈਆਂ ਹੋਣ।
भी भाई दोदे दे घर वाली सिर ते रख के गड़वा पता नहीं जंगल विच की करन वास्ते जांदी है। इहो जिहियां गल्लां तरह तरह दियां संसार विच तुर पईआं लाके च सारे नगर च गल्लां लग पईआं होण। किसी ने भाई दोदे दे कन्न भरते भाई दोदे दे हुण गुरमुख प्यारिओ चुगल बाज ना चुगलियों बाज रहिंदा गल कहिंदिआं कहिंदिआं कह जांदा। गिले कोठे नू जेकर लिपिए ना एक दिन ढहिंदिआं ढहिंदिआं कह जांदा। चुगलबाज बंदा जिहड़ा होवे उह अपनी चुगली करे तो बिना नू नींद नहीं आंदी जो मर्जी हो जाए पछादा भी नहीं पचदा उहनू जे खाली करे वां ढिड किसे कोल हुंदा ही है। इह औगण है इह आदत है वैसे मार लेनी चाहीदी है खराब कर दी है अखो सतनाम श्री वाहिगुरु। संसार है हम अवगुण भरे एक गुण नाही औगणा दे भरे होए आ ता गुरमुख प्यारिओ भाई दोदे दे कन्न भरते किसे ने। भाई दोदा हुण सूझवान सी साडे वर्गा नहीं सी वी सुनी सुनाई गल ते भरोसा कर ले। साडे लोक सुनी सुनाई ते बहुता विश्वास करदे आ माड़ा जिहा गल कहती किसे ने मन लेनी ओवें ही ते गुरमुख प्यारिओ सुनी सुनाई गल ते बहुता भरोसा है। भाई दोदा कहिंदा जिन्ना चिर मैं अखां नाल ना वेख लां मैं कोई फैसला नहीं लंदा। भाई दोदा हुण एक दिन की किता ओ बीबी प्रशादा पानी खेतां च छका करके वापस मुड़ी तां महाराज वास्ते दुध लियाई बाटे ओवें ही ने प्रशादा पानी छकाया भाई दोदे नूं तां गुरमुख प्यारे भाई दोदे दे मन च ख्याल चल रहे ने तरह तरह दे सोची जांदा बैठा वी आ की खेड वरत गई। पर भाई दोदे दे घर वाली फिर महाराज जी दे चरणा च आके बैठ गई। ए पिछा करदा करदा लुकदा लुकदा पिछे आ गया आके एक झाड़ियां दे ओले बह गया। जदों वेख्या अगे सतसंग हो रहा है मन नूं खुशी मिल गई आखो सतनाम श्री वाहिगुरु। वी जो लोकां तों सुणिआ ओह नहीं है ना इत्थे तां आनंद ही कुछ होर है इत्थे तां भावना ही कुछ होर बनी पई है। इस करके गुरबाणी दे विच कहा है वी जिन जिन नाम ध्याया तिन के काज सरे। जिन्हां ने उस परमात्मा दी बंदगी कीती है नाम जपिया है तां गुरमुख प्यारे उहदा नाम जप के अजामल पापी जग जाने निमुख माहे निस्तारा। कहिंदे अजामल पापी वर्गे तरगे गनका पापण वर्गियां तरगियां की करके उस परमात्मा दी बंदगी करके नाम जप के। बिन हर भजन नाही छुटकारा बिन हर भजन नाही छुटकारा बिन हर भजन ही छुटकारा।
मन ते कृपा करदे होणे दोदा झाड़ियां दे ओले लुक के वेख रहा सारा कुछ पर मैनू कहिंदा इक गल दा गुस्सा जे संगत करने आना सी मैनू पुछ लंदी इक वारी आखो सतनाम श्री वाहिगुरु मैं कहिंदा मना करना सी पर पुछदी तां गुरमुख प्यारियो पुछण दा समय नहीं मिलिया खिच्ची ऐसी हो गई लगनी ऐसी है प्रेम भावना ही ऐसी बनी पई है ता गुरमुख प्यारियो ये झाड़ियां दे उले लुक के बैठा रहा उत्थी चौंकड़ा मार के भी देखा कि की हुंदा सत्संग दा भोग पिया ता उत्थे हुण जिहड़ा दुध लैके आई है छकाण वास्ते भाई दोदे दे घर वाली ओह दुध पा लिया बाटियां च जदों दुध पाया बाटियां च महाराज कहिंदे अज चार बाटियां च नहीं अज पंज बाटियां च दुध पाओ आखो सतनाम श्री वाहिगुरु भाई बाला भी देखे भाई मरदाना भी देखे ता गुरमुख प्यारे हो भाई दोदे दे घर वाली देखे भी आले दुआले भी होर तां नहीं कोई आ गया महाराज कहते पंज जगह दे दुध पाओ अज ये पंजवां केड़ा छकन वाला घट घट के अंतर की जान पढ़ो प्यारे हो घट घट के भले बुरे की ਚਿੱਟੀ ਤੇ ਕੁੰਚਰ ਅਸਥੁੱਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਖੋਲਾ ਜਾਣਦੇ ਨੇ ਮਹਾਰਾਜ ਜਾਣੀ ਜਾਣ ਦਿਲਾਂ ਦੀਆਂ ਜਾਣਦਾ ਜਾਣ ਦਿਲਾਂ
ਹਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਕਹਿੰਦੇ ਅੱਜ ਪੰਜ ਬੈਠੇ ਆਪਾਂ ਚਾਰ ਨੀ। ਮਹਾਰਾਜ ਪੰਜਵਾਂ ਕਿਹੜਾ ਹੈ? ਭਾਈ ਦੋਦੇ ਦੇ ਘਰ ਵਾਲੀ ਨੂੰ ਕਿਹਾ, ਕਹਿੰਦੇ ਉਹ ਤੇਰੇ ਘਰ ਵਾਲਾ ਪਿੱਛੇ ਝਾੜੀਆਂ ਚ ਲੁਕਿਆ ਬੈਠਾ, ਬੁਲਾ ਕੇ ਲਿਆ ਜਾ ਕੇ। ਕਹਿੰਦੀ ਉਹ ਕਿੱਥੋਂ ਆ ਗਿਆ ਇੱਥੇ? ਜਦੋਂ ਜਾ ਕੇ ਕਿਹਾ ਆ ਜਾ ਸਤਿਗੁਰੂ ਬੁਲਾ ਰਹੇ ਨੇ ਤੈਨੂੰ, ਮਹਾਰਾਜ ਬੁਲਾ ਰਹੇ ਨੇ। ਤੇ ਭਾਈ ਦੋਦੇ ਦੇ ਘਰ ਵਾਲੀ ਕਹਿੰਦੀ ਕਾਤੋਂ ਲੁਕੇ ਤੂੰ ਕਰ ਮਾਂਦਾ ਮਾਰਾ, ਬੈਠਾ ਚੱਲ ਮਹਾਰਾਜ ਬੁਲਾ ਰਹੇ ਤੈਨੂੰ, ਨਿਕੜਿਆ ਝਾੜੀਆਂ ਚੋਲੇ ਤੋਂ ਆ ਕੇ ਮਹਾਰਾਜ ਦੇ ਚਰਨਾਂ ਚ ਬੈਠ ਗਿਆ। ਹਜੇ ਮਨ ਨਹੀਂ ਰੰਗਿਆ ਗਿਆ, ਆਕੜ ਜੀ ਦੇ ਨਾਲ ਮੱਥਾ ਟੇਕਿਆ ਮਹਾਰਾਜ ਨੂੰ, ਆਖੋ ਸਤਨਾਮ, ਬੈਠ ਗਿਆ। ਹੁਣ ਹੰਕਾਰ ਹੈ ਥੋੜਾ ਜਿਹਾ ਅੰਦਰ, ਤੇ ਗੁਰਮੁਖ ਪਿਆਰਿਓ ਮਹਾਰਾਜ ਕਹਿੰਦੇ ਦੁੱਧ ਛਕਲਾ ਆ ਪਿਆ ਬਾਟਾ ਤੇਰਾ ਦੁੱਧ ਵਾਲਾ। ਪਤਾ ਕੀ ਕਹਿੰਦਾ ਮਹਾਰਾਜ ਨੂੰ? ਕਹਿੰਦਾ ਮਹਾਰਾਜ ਤੁਸੀਂ ਛਕੋ, ਮਾਰੇ ਤਾਂ ਘਰਾਂ ਤੋਂ ਆਇਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਤਾਂ ਰੋਜ਼ ਛਕਦੇ ਹਾਂ, ਤੁਸੀਂ ਛਕੋ ਵੀ ਸਾਡੇ ਤਾਂ ਘਰ ਤੋਂ ਆਇਆ ਮਹਾਰਾਜ, ਤੁਹਾਨੂੰ ਕਦੇ ਕਦੇ ਮਿਲਦਾ ਜੰਗਲਾਂ ਚ, ਤੁਸੀਂ ਛਕੋ ਵੀ ਸਾਡੇ ਤਾਂ ਘਰ ਤੋਂ ਅਸੀਂ ਤਾਂ ਰੋਜ਼ ਪੀਂਦੇ ਹਾਂ, ਤੁਸੀਂ ਛਕੋ। ਮਹਾਰਾਜ ਕਹਿੰਦੇ ਇਹ ਵੀ ਹੰਕਾਰ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਵੀ ਗੁਰਮੁਖ ਪਿਆਰਿਓ ਆਪਾਂ ਕਹਿੰਦੇ, ਮੈਂ ਕੱਲ ਵੀ ਕਿਹਾ ਸੀ ਮੈਂ ਫਲਾਣੀ ਚੀਜ਼ ਦਿੱਤੀ ਗੁਰੂ ਨੂੰ, ਮੈਂ ਫਲਾਣੀ ਚੀਜ਼ ਮਹਾਰਾਜ ਨੂੰ ਚੜਾਇਆ, ਆਪਾਂ ਕੌਣ ਚੜਾਉਣ ਵਾਲੇ? ਦਾਤਾ ਦੇਣ ਵਾਲਾ ਤਾਂ ਖੁਦ ਹੈ, ਬਖਸ਼ਿਸ਼ ਕਰਨ ਵਾਲਾ ਤਾਂ ਖੁਦ ਹੈ, ਆਪਾਂ ਕੀ ਦੇ ਸਕਦੇ ਮਾਲਕ ਦੇ ਘਰ ਚ? ਜਿਹੜੀਆਂ ਅਸੀਂ ਮਾਲਕ ਦੇ ਘਰ ਚੀਜ਼ਾਂ ਦਿੰਦੇ ਹਾਂ, ਮਹਾਰਾਜ ਨੂੰ ਅਰਦਾਸ ਕਰਿਆ ਕਰੋ ਪਾਤਸ਼ਾਹ ਤੁਹਾਡੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਮੈਂ ਤੁਹਾਡੇ ਘਰ ਆ ਦਾਤ ਰੱਖਣ ਆਇਆ, ਤੁਹਾਡੀ ਹੈ ਮੇਰੀ ਨਹੀਂ ਹੈ। ਸਭ ਕੋ ਦੇਵਲ ਹਾ
अगणित परे मंडा महाराज नु कहना सच्चे पातशाह साडे तक घर तो आया थोनू कदे कदे मिलदा अस तो रोज पिने आ महाराज कहंदे ए वी हंकार है चलो हुणे कढ दने आ दुध छकिया नहीं उत्थी रखदा महाराज कहंदे आ साडा गड़वा लै जा आ नेड़े इक नदी चलदी उत्थों पानी दा भर के लिया फिर गया भरन वास्ते नाले सिरजा मारदा जा रहा है मेनू कह रहे ने दुध पीण वास्ते ये जानदे नहीं मेनू साडे तां घर तो दुध आया है तां गुरमुख प्यारे होया कि जदों ही नदी दे कोल पहुंचिया इन्हें गड़बा पानी दा भरिया ना जदों ज्यों ही मुड़न लग्या वेख्या सारी नदी दुध दी चल रही है आखो सतनाम श्री वाहिगुरु सारी नदी दुद्ध दी कदे पिछे मुड़ के वेखदा कदे गड़वे च वेखदा वी तां है पाणी है भरिया तां इत्थों ही है इह करामात नहीं महाराज ने इक हंकार तोड़िया उहदा बस मान मुनि मुन वर गले मान सवै को खाए हंकार स्यूख है स्यूख जे स्यूख हुण लग जे लक्कड़ नूं बाहरों नहीं दिसदी अंदरों अंदर खोखला कर दिंदी है आखो सतनाम श्री वाहिगुरु हंकार भी कहो जी चीज है बाहरों बंदा सोना लगेगा पर अंदरों खोखला हो जाएगा खत्म किसी चीज का हंकार ना करिए की लेके जाना इत्थों कुछ नहीं बंदा ले जा सकता नाल खाली हाथ जांदा है ते खाली हाथ दुनिया ते आया आखो सतनाम श्री वाहिगुरु ते गुरमुख प्यारे इस करके जदों ने भरिया ना एवें गड़वा महाराज का पानी जल आला वेख्या दुध दी नदी फिर मुड़ के वेख्या फिर पानी चल रहा जो तो फिर वेख्या मुड़ के फिर नदी दुध दी चल रही है फिर तो भज्या ही आ रहा महाराज के चरणा च पातशाह जी काटो जी काटो होमे दे रोग सतगुर मेरे सतगुर मेरे काटो जी काटो होमे दे रोग सतगुर मेरे सतगुर मेरे
मेरे सतगुर मेरे सतगुर मेरे सतगुर मेरे सतगुर मेरे हर नाम मंत्र दरणाए दा कटे हो मैं रोग नानक सतगुर तिना मलाया जिन्हां धुरे पिया संजोग कहिंदे कोई संजोग सी जिहड़ा अज रब नाल मलाप हो गया महाराज मेरा ये रोग कट दियो पातशाह जी कृपा कर दियो रहमत कर दियो महाराज फिर दोदे दे घर वाली पता महाराज नूं की कहिंदी कहिंदा पातशाह कहिंदी पातशाह जीओ ये दुद्ध दा माण कर रहा सी मैनूं लगदा तुसीं माण तोड़ता दुद्ध वाले दा ताही इहदा भज्जिया ही आ रहा अंदे ही चरणां च डिग गया ये तां बा कमाल होगी पातशाह जीओ हुण भाई दोदे दे घर वाली ने अरदास कीती महाराज जिहड़ा रंग मैनूं चढ़ाया ना ਉਹੀ ਰੰਗੇ ਸੇ ਤੇ ਚੜ੍ਹਦੇ ਹੋ ਅੱਖ ਸਤਨਾਮ ਸ੍ਰੀ ਵਾਹਿਗੁਰੂ ਸਾਡੀ ਸੋਚ ਇੱਕ ਹੋ ਜੇ ਸਾਡੀ ਬਿਰਤੀ ਇੱਕ ਹੋ ਜੇ ਸਾਡਾ ਮਨ ਇੱਕ ਹੋ ਜੇ ਗੁਰਮੁਖ ਪਿਆਰਿਓ ਮਹਾਰਾਜ ਨੇ ਦੋਵੇਂ ਜੀਆਂ ਤੇ ਬਖਸ਼ਿਸ਼ ਕੀਤੀ ਕਹਿੰਦੇ ਜਾਓ ਸਤ ਕਰਤਾਰ ਦਾ ਹੋਕਾ ਦਿਓ ਭਾਈ ਦੋਦਾ ਕਹਿੰਦਾ ਮਹਾਰਾਜ ਮੈਂ ਅੱਜ ਜੰਗਲ 'ਚ ਨਹੀਂ ਰਹਿਣ ਦੇਣਾ ਮੇਰੇ ਘਰ ਚੱਲੋ ਮਹਾਰਾਜ ਕਹਿੰਦੇ ਤੇਰੇ ਘਰ ਆਵਾਂਗੇ ਕੋਈ ਨਹੀਂ ਫੇਰ ਕਦੇ ਹੁਣ ਰੋਜ਼ ਇੱਕ ਨੂੰ ਦੋ ਨੂੰ ਪ੍ਰੇਰ ਕੇ ਲੈ ਕੇ ਆਉਣ ਲੱਗ ਪਿਆਂਦੇ ਤਾਂ ਦੋਵੇਂ ਜੀ ਲਾਗੇ ਫਿਰ ਆਉਣ ਹੌਲੀ ਹੌਲੀ ਫਿਰ ਸਾਰਿਆਂ ਨੂੰ ਸਾਰੇ ਜੀ ਪਿੰਡ ਦੇ ਵਿੱਚੋਂ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਪ੍ਰੇਰ ਕੇ ਲੈ ਕੇ ਆਏ ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ ਪਾਪ ਨਹੀਂ ਹੈ ਜੇ ਅਸੀਂ ਸੰਗਤ ਵੱਲੋਂ ਤੋੜੀਏ ਨਾ ਕਿਸੇ ਨੂੰ ਵੀ ਤੂੰ ਜਾਈ ਨਾ ਸੰਗਤ ਨਾ ਕਰੀ ਆਹ ਨਾ ਕਰੀ ਇਹ ਪਾਪ ਹੈ ਫਿਰ ਪਾਪੀ ਕਰਮਕ ਮਾਮਦੇ ਕਰਦੇ ਹਾਏ ਹਾਏ ਨਾਨਕ ਜਿਉਂ ਮੱਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ ਉਹ ਇੰਨੇ ਪਾਪ ਕਮਾ ਲੈਂਦਾ ਜਿਵੇਂ ਦੁੱਧ 'ਚ ਮਧਾਣੀ ਚੱਲਦੀ ਹੈ ਨਾ ਉਹਦੇ ਅੰਦਰ ਪਾਪਾਂ ਦੀ ਪੁਛਾਰ ਚੱਲਦੀ ਹੈ ਤੇ ਗੁਰਮੁਖ ਪਿਆਰਿਓ ਫਿਰ ਹੋਇਆ ਕਿ ਇੱਕ ਨੂੰ ਦੋ ਨੂੰ ਤਿੰਨ ਨੂੰ ਪ੍ਰੇਰ ਕੇ ਲੈ ਕੇ ਆਉਣ ਲੱਗ ਪਏ ਸਾਰਾ ਨਗਰ ਇੱਕ ਕੱਲੀ ਬੀਬੀ ਨੇ ਜੋੜਤਾ ਆਖੋ ਸਤਨਾਮ ਕੱਲੀ ਬੀਬੀ ਨੇ ਸਾਰਾ ਨਗਰ ਜੋੜਤਾ ਹੁਣ ਜਿਹੜੇ ਉੱਥੇ ਦੇ ਨੇੜੇ ਤੇੜੇ ਦੇ ਮਾੜੇ ਮੋਟੇ ਪਖੰਡੀ ਲੋਕ ਸੀ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਚੱਲਦੀਆਂ ਸੀ ਉਹਨਾਂ ਨੂੰ ਗੁੱਸਾ ਆਇਆ ਵੀ ਇਹ ਤਾਂ ਸਾਰੇ ਇੱਧਰ ਨੂੰ ਤੁਰ ਪਏ ਜਿਹੜੀ ਜਗ੍ਹਾ ਤੇ ਮਹਾਰਾਜ ਬੈਠੇ ਸੀ ਇਹ ਕਰੋੜੀ ਮੱਲ ਦੀ ਸੀ ਉਹ ਬੜਾ ਤਕੜਾ ਸੇਠ ਸੀ ਕਰੋੜੀ ਮੱਲ ਉਹਨੂੰ ਕਿਹਾ ਵੀ ਤੇਰੀ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਕਬਜ਼ਾ ਕਰ ਰਿਹਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਬਜ਼ਾ ਕਰ ਰਿਹਾ ਝੂਠ ਬੋਲਿਆ ਉਹਨੇ ਆਪਣੇ ਗੁੰਡੇ ਭੇਜੇ ਆਪਣੇ ਗੁਰਮੁਖ ਪਿਆਰਿਓ ਸੈਨਿਕ ਭੇਜੇ ਵੀ ਜਾਓ ਮਹਾਰਾਜ ਨੂੰ ਲਤਾੜ ਦਿਓ ਜਾ ਕੇ ਭਜਾ ਦਿਓ ਇੱਥੋਂ ਉਹ ਆਏ ਜਦੋਂ ਮਹਾਰਾਜ ਵੱਲ ਆਇਆ ਕਰਨ ਅੰਨੇ ਹੋ ਜਾਇਆ ਕਰਨ ਉਹ ਵੀ ਉੱਥੇ ਬੈਠ ਕੇ ਮੁੜ ਕੇ ਗਏ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਤਾ ਲੱਗਿਆ ਵੀ ਕਿਉਂ ਨਹੀਂ ਆਏ ਕਹਿੰਦੇ ਉਹ ਵੀ ਸਤਸੰਗੀ ਬਣ ਗਏ ਹਾਰ ਕੇ ਕਹਿੰਦਾ ਮੈਂ ਲੱਤ ਮਾਰ ਕੇ ਗੁਰੂ ਨਾਨਕ ਸਾਹਿਬ ਨੂੰ ਉਠਾ ਲਾਂਗਾ ਕਰੋੜੀ ਮੱਲ ਕਹਿੰਦਾ ਸੇਠ ਕਹਿੰਦਾ ਮੈਂ ਲੱਤ ਮਾਰ ਕੇ ਠਾਲਾਂਗਾ ਇਸ ਗੁਰੂ ਨੂੰ ਮੈਂ ਲੱਤ ਮਾਰ ਕੇ ਠਾਲ ਦਾਂਗਾ ਉਹ ਘੋੜੀ ਤੇ ਚੜਿਆ ਆਂਦੇ ਆਂਦੇ ਘੋੜੀ ਭੱਜ ਲਈ ਜ਼ਿਆਦਾ ਰਕਾਬ 'ਚ ਪੈਰ ਫਸ ਗਿਆ ਥੱਲੇ ਡਿੱਗ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹੀ ਲੱਤ ਟੁੱਟ ਗਈ ਜਿਹੜੀ ਮਹਾਰਾਜ ਦੇ ਮਾਰਨ ਵਾਸਤੇ ਆ ਰਿਹਾ ਸੀਗਾ ਰਸਤੇ 'ਚ ਹੀ ਹਲੇ ਅੱਗੇ ਆਇਆ ਹੀ ਨਹੀਂ ਤਾਂ ਮਹਾਰਾਜ ਤਾਂ ਖੁਦ ਕਹਿੰਦੇ ਨੇ ਨਾ ਉਹ ਮਰੇ ਨਾ ਠੱਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ ਨਾ ਉਹਨਾਂ ਨੂੰ ਕੋਈ ਮਾਰ ਸਕਦਾ ਹੈ ਮਾਰਨਾ ਕੀ ਹੁੰਦਾ ਜ਼ਮੀਰ ਦਾ ਮਰ ਜਾਣਾ ਵੀ ਉਹਨਾਂ ਦੀ ਕੋਈ ਜ਼ਮੀਰ ਨਹੀਂ ਮਾਰ ਸਕਦਾ ਸਰੀਰਕ ਮੌਤ ਤਾਂ ਇੱਕ ਦਿਨ ਸਭ ਦੀ ਹੋਣੀ ਹੈ ਮਹਾਰਾਜ ਨੇ ਗੁਰਬਾਣੀ ਦਾ ਅਰਥ ਇਹ ਹੈ ਹੁਣ ਆਪਾਂ ਸੋਚੇ ਵੀ ਜੇ ਮੈਂ ਬਾਣੀ ਪੜ੍ਹੀ ਜਾਵਾਂ ਖਰੀ ਮੈਂ ਜਾਂਦਾ ਨਹੀਂ ਦੁਨੀਆ ਤੋਂ ਨਾ ਅਰਥ ਇਹ ਹੈ ਵੀ ਉਹਨਾਂ ਦੀ ਜ਼ਮੀਰ ਨਹੀਂ ਮਰਦੀ ਕਦੇ ਵੀ ਉਹਨਾਂ ਦੀ ਜ਼ਮੀਰ ਨੂੰ ਕੋਈ ਮਾਰ ਨਹੀਂ ਸਕਦਾ ਨਾ ਉਹ ਠੱਗੇ ਜਾਂਦੇ ਨੇ ਕਿਸੇ ਕੋਲੋਂ
ਅੱਜ ਰੱਬ ਨੂੰ ਮਾਰਨ ਆਇਆ, ਖੁਦ ਹੀ ਜਿਹੜੀ ਲੱਤ ਕਹਿੰਦਾ ਸੀ ਮਾਰਾਂਗਾ ਉਹੀ ਟੁੱਟ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਖਿਰਕਾਰ ਮੈਂ ਸਮਾਪਤੀ ਵੱਲ ਆਵਾਂ ਤਾਂ ਗੁਰਮੁਖ ਪਿਆਰਿਓ ਉਹ ਵੀ ਮਹਾਰਾਜ ਦੇ ਚਰਨਾਂ 'ਚ ਡਿੱਗ ਗਿਆ। ਫਿਰ ਆ ਕੇ ਜਦੋਂ ਪੂਰੀ ਵਾਹ ਲੱਗ ਗਈ ਉਹਦੀ, ਫਿਰ ਮਹਾਰਾਜ ਦੇ ਚਰਨਾਂ 'ਚ ਡਿੱਗਿਆ, ਪਾਤਸ਼ਾਹ ਇਸ ਨਗਰ ਨੂੰ ਕੋਈ ਨਾਂ ਦੇ ਕੇ ਜਾਇਓ ਜਦੋਂ ਜਾਊਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਗੁਰਮੁਖ ਪਿਆਰਿਓ ਉਸ ਨਗਰ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਮ ਕਰਤਾਰਪੁਰ ਰੱਖਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਗੁਰਮੁਖ ਪਿਆਰੇ ਸੀ ਕਿਰਪਾ ਸੀ ਬਖਸ਼ਿਸ਼ ਕੀਤੀ ਮਹਾਰਾਜ ਨੇ, ਆਨੰਦ ਵਰਤਾਇਆ ਗੁਰਮੁਖ ਪਿਆਰੇ, ਸਾਰਾ ਨਗਰ ਇੱਕ ਇਕੱਲੀ ਬੀਬੀ ਨੇ ਜੋੜਤਾ। ਕੋਈ ਜੋੜਨ ਵਾਲਾ ਹੋਵੇ ਤਾਂ ਸਹੀ, ਜਿਸ ਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਲ ਹੈ। ਉਹ ਪਤਾ ਨੀ ਕਿਤੋਂ ਆਪਣਾ ਜਸ ਗਵਾ ਲਵੇ। ਸਾਰਾ ਨਗਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਹੈ। ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ। ਸੁਖੀ ਬਸੇ ਮਹਾਰਾਜ ਸਤਿਗੁਰ ਤੇਰੀ ਨਗਰੀ, ਗੁਰੂ ਜੀ ਤੇਰੀ ਨਗਰੀ। ਸੁਖੀ ਬਸੇ ਮਹਾਰਾਜ ਗੁਰੂ ਜੀ ਤੇਰੀ ਨਗਰੀ, ਗੁਰੂ ਤੇਰੀ ਨਗਰੀ। ਸਾਰੇ ਨਗਰ ਨੇ ਕੀਤੀ ਮਹਾਰਾਜ ਤੁਹਾਡੀ ਨਗਰੀ ਹੈ ਸਦਾ ਹੀ ਸੁਖੀ ਵਸਦੀ ਰਹੇ। ਇਹੀ ਅਰਦਾਸ ਆਪਾਂ ਕਰੀਏ ਮਹਾਰਾਜ ਦੇ ਚਰਨਾਂ 'ਚ, ਪਾਤਸ਼ਾਹ ਜੀ ਰਹਿਮਤ ਕਰੋ ਇਸ ਨਗਰ ਨੂੰ, ਇਸ ਘਰ ਨੂੰ ਹਮੇਸ਼ਾ ਹੀ ਮਹਾਰਾਜ ਇਸੇ ਤਰ੍ਹਾਂ ਖੁਸ਼ੀਆਂ ਭਰਿਆ ਸਮਾਂ ਪਾਤਸ਼ਾਹ ਜੀ ਬਖਸ਼ਦੇ ਰਹਿਣਾ। ਇਹੀ ਅਰਦਾਸ ਕਰਨੀ ਹੈ ਆਪਾਂ ਨੇ। ਬੜੇ ਚਾਅ ਨਾਲ, ਬੜੇ ਪ੍ਰੇਮ ਨਾਲ, ਬੜੀ ਲਗਨ ਨਾਲ ਤੁਸੀਂ ਬੈਠ ਕੇ ਸਰਵਣ ਕੀਤਾ। ਮਹਾਰਾਜ ਤੁਹਾਨੂੰ ਸਭ ਨੂੰ ਦੇਹ ਰੋਗਤਾ ਤੰਦਰੁਸਤੀਆਂ ਬਖਸ਼ਣ, ਸਭ ਦੇ ਘਰਾਂ ਵਿੱਚ ਪਾਤਸ਼ਾਹ ਸੁੱਖ ਸ਼ਾਂਤੀ ਵਰਤਾਣ, ਸਭ ਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਦੀ ਦਾਤ ਬਖਸ਼ਣ। ਹਮੇਸ਼ਾ ਹਰ ਇੱਕ ਦੀ ਅਰਦਾਸ ਕਰੋ, ਸਰਬੱਤ ਦਾ ਭਲਾ ਲੋਚੋ। ਜਦੋਂ ਆਪਾਂ ਸਭ ਦਾ ਭਲਾ ਲੋਚਾਂਗੇ, ਜੇ ਆਪਾਂ ਕਿਸੇ ਦਾ ਭਲਾ ਕਰ ਰਹੇ ਹਾਂ ਸਾਡਾ ਭਲਾ ਕਰਨ ਵਾਸਤੇ ਮਹਾਰਾਜ ਬੈਠਾ। ਆਖੋ ਸਤਨਾਮ। ਆਪਾਂ ਪੁਰਾਣੇ ਸਿਆਣਿਆਂ ਤੋਂ ਸੁਣਿਆ, ਕਰ ਭਲਾ ਹੋ ਭਲਾ ਤੂੰ ਭਲੇਗਾ ਭਲਾ ਹਮੇਸ਼ਾ ਹੀ। ਮਹਾਰਾਜ ਨੇ ਗੁਰਬਾਣੀ 'ਚ ਵੀ ਲਿਖਿਆ ਸੁਖਮਨੀ ਸਾਹਿਬ 'ਚ, ਭਲਾ 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 ਤੇਰਾ ਰੂਪ, ਤੇਰਾ ਰੂਪ ਹੀ ਭਲਾ ਕਰਨ ਵਾਸਤੇ ਆ ਸਭ ਦਾ। ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਹੋਈਆਂ ਤਮਾਮ ਭੁੱਲਾਂ ਦੀ ਖਿਮਾ। ਇਸ ਮੂਰਖ ਕੋਲੋਂ ਕੋਈ ਉੱਚਾ ਸ਼ਬਦ ਬੋਲਿਆ ਗਿਆ ਹੋਵੇ, ਗੁਰੂ ਕੀ ਸੰਗਤ ਸਤਿਗੁਰੂ ਮਾਫ਼ ਕਰਨ ਯੋਗ ਨੇ। ਕੱਲ੍ਹ ਦਾ ਆਪਣਾ ਦਿਨ ਦਾ ਦੀਵਾਨ ਹੈ, ਬਾਹਰ ਪੰਡਾਲ ਤਿਆਰ ਹੋ ਰਿਹਾ, ਇੱਥੇ ਸੰਗਤ ਕੱਲ੍ਹ ਵੱਧ ਹੋਣੀ ਹੈ, ਫਿਰ ਬੈਠਣ ਦੀ ਦਿੱਕਤ ਆਉਣੀ, ਇਸ ਕਰਕੇ ਸਾਜਰੇ ਭੋਗ ਪੈ ਜਾਏਗਾ। ਅਤੇ ਬਾਹਰ ਆਪਾਂ ਖੁੱਲ੍ਹੇ ਪੰਡਾਲ 'ਚ ਆਨੰਦ, ਮਹਾਰਾਜ ਜਿਵੇਂ ਦਾਸ ਤੋਂ ਸੇਵਾ ਲੈ ਲੈਣ, ਜਿਵੇਂ ਪਾਤਸ਼ਾਹ ਆਪਣੇ ਸਾਰਿਆਂ 'ਤੇ ਕਿਰਪਾ ਕਰਕੇ। ਕੱਲ੍ਹ ਨੂੰ ਇਸ ਪੰਡਾਲ ਦਾ ਆਖਰੀ ਦੀਵਾਨ ਹੈ, ਸਭ ਨੇ ਹਾਜ਼ਰੀਆਂ ਭਰਨੀਆਂ। ਜਿੰਨੇ ਵੀ ਆਏ ਹੋ ਇੱਕ ਨੂੰ ਦੋ ਨੂੰ ਪ੍ਰੇਰ ਕੇ ਪਿਆਰ ਭਰਾਵਨਾ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਦਾ ਜਸ ਕਰਨ ਵਾਸਤੇ ਆਉਣਾ। ਸੋ ਦੂਰੋਂ ਨੇੜਿਓਂ ਚੱਲ ਕੇ ਸੰਗਤਾਂ ਆਈਆਂ ਨੇ, ਜਿੱਥੇ ਨਗਰ ਦੀਆਂ ਸੰਗਤਾਂ ਬੈਠੀਆਂ ਨੇ ਉੱਥੇ ਸਾਡੇ ਪ੍ਰੇਮ ਵਾਲੇ, ਸਾਡੇ ਪਿਆਰ ਵਾਲਾ, ਸਾਡਾ ਇੱਕ ਪਰਿਵਾਰਕ ਰਿਸ਼ਤਾ ਹੈ, ਬੇਦੀ ਪਰਿਵਾਰ ਬੈਠਾ ਹੈ। ਸਾਡੇ ਬੱਚੇ ਨੇ ਵਿਦੇਸ਼ ਅਮੈਰੀਕਾ ਦੇ ਵਿੱਚ, ਅਸੀਂ ਬੱਚੇ ਹੀ ਕਹਿੰਦੇ ਹਾਂ ਕਿਉਂਕਿ ਉਹ ਸਾਡੇ ਤੋਂ ਛੋਟੇ ਨੇ, ਅਮੈਰੀਕਾ ਦੇ ਵਿੱਚ ਪਰਿਵਾਰ ਬੈਠਾ ਹੈ, ਉਹਨਾਂ ਦਾ ਸਾਰਾ ਆਇਆ ਹੋਇਆ, ਉਹ ਵੀ ਲਾਈਵ ਦੇਖਦੇ ਨੇ ਰੋਜ਼ ਦੀਵਾਨ। ਅਮੈਰੀਕਾ ਅਤੇ ਕਨੇਡਾ ਅਤੇ ਆਸਟ੍ਰੇਲੀਆ ਦੀ ਸੰਗਤ ਵੀ ਪਿਆਰ ਨਾਲ ਰੋਜ਼ ਇਸੇ ਤਰ੍ਹਾਂ ਹੀ ਦੀਵਾਨ ਸਰਵਣ ਕਰਦੇ ਨੇ ਨਗਰਾਂ ਦੇ ਵਿੱਚ, ਜਿੱਥੇ ਹੁਣ ਲਾਈਵ ਚੱਲਿਆ ਪ੍ਰੋਗਰਾਮ।
यूट्यूब ते भी चलिया है, फेसबुक ते भी लाइव चलिया है, जिथे आप बैठे हाँ इतों दुगणिया ने घर च बैठ के सुने। आखो सतनाम श्री वाहिगुरु। फेसबुक ते तुसी सुन सकते हो, पेज है दास दा ढीडसा वाले, फेसबुक दे उत्ते लाइव है, यूट्यूब दे उपर खालसा रेडियो चैनल है साडा, उहदे उत्ते लाइव चलिया। जिन्हां ने नैट राही घर च बैठ के सुने उन्हां दा भी धन्नवाद, गुरु साहब उन्हां दी हाजरी भी प्रवान कर लैण। पढ़ो सारे गुरु स्तोत्र, फिर महाराज दे चरणां च अरदास होवेगी। अरदास तो उपरंत गुरु दे चल रहे प्रवाह विचों हुक्मनामे प्रसाद लैके गुरु का लंगर छक के फिर जाण दी कृपालता करनी। होईआं तमाम भुल्लां दी खीवां लवाओ महाराज जी दे चरणां च हाजरियां, दस पातशाहियां दे नाम रसना ते आणगे। धन है धन है गुरु नानक साहिब, धन है धन है गुरु अंगद साहिब जी, धन है धन है धन है गुरु अंगद साहिब जी, धन है। धन है धन है धन है गुरु श्री।
अरदास हमारी जियो